are watching Channel Y. Channel Y, a South Asian Canadian channel. Hi, this is Priyanka Chopra and you are watching Channel Y. ਪੰਜਾਬ ਦੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਨੇ ਗੁਰਬਾਣੀ ਵੀ ਸਰਵਣ ਕੀਤੀ। ਸੁਖਬੀਰ ਸਿੰਘ ਬਾਦਲ ਨੇ ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕਾਂਗਰਸ ਨੇ ਚੋਣਾਂ ਵਿੱਚ ਜਿਸ ਤਰ੍ਹਾਂ ਬੂਥ ਕੈਪਚਰਿੰਗ ਕੀਤੀ ਹੈ ਉਸ ਤੋਂ ਸਾਫ਼ ਪਤਾ ਲੱਗਾ ਹੈ ਕਿ ਕਾਂਗਰਸ ਅਕਾਲੀ ਦਲ ਤੋਂ ਘਬਰਾ ਗਿਆ ਹੈ। ਇਸ ਲਈ ਉਹਨਾਂ ਨੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਤੱਕ ਰੱਦ ਕਰਵਾਏ ਅਤੇ ਅਕਾਲੀ ਦਲ ਦੀ ਦੋਨਾਂ ਰੈਲੀਆਂ ਕਾਮਯਾਬ ਹੋਣ ਨਾਲ ਕਾਂਗਰਸ ਨੂੰ ਕਰਾਰਾ ਜਵਾਬ ਮਿਲਿਆ ਹੈ। ਉੱਥੇ ਹੀ ਉਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚੋਣਾਂ ਵਿੱਚ ਬੂਥ ਕੈਪਚਰਿੰਗ ਕਰਵਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਗੱਲ ਦਾ ਸਬੂਤ ਹੈ ਕਿ ਉਹ ਘਬਰਾ ਗਏ ਕਿ ਜਨਤਾ ਉਹਨਾਂ ਦੇ ਨਾਲ ਨਹੀਂ। ਜਿਹੜਾ ਸਾਨੂੰ ਕਹਿੰਦੇ ਸੀ ਕਿ ਅਕਾਲੀ ਦਲ ਪਿੰਡਾਂ 'ਚ ਨਹੀਂ ਜਾ ਸਕਦਾ, ਅਸਲੀਅਤ ਕੀ ਸੀ? ਕਾਂਗਰਸ ਹੀ ਨਹੀਂ ਜਾ ਸਕਦੇ ਸੀ। ਜੇ ਹਿੰਮਤ ਸੀ ਤਾਂ ਕਾਗਜ਼ ਰੱਦ ਕਿਉਂ ਕਰਾਏ ਅਤੇ ਬੂਥ ਕੈਪਚਰਿੰਗ ਕਿਉਂ ਕੀਤੀ? ਬੂਥ ਕੈਪਚਰ ਉਹ ਕਰਦਾ ਹੁੰਦਾ, ਕਾਗਜ਼ ਰੱਦ ਉਹ ਕਰਦਾ ਜਿਹਨੂੰ ਡਰ ਹੁੰਦਾ। ਸੋ ਜਿਹੜੀ ਉਹਨਾਂ ਦੀ ਪਹਿਲੀ ਮਨਸ਼ਾ ਸੀ ਕਿ ਅਕਾਲੀ ਦਲ ਦੀ ਸਟਰੈਂਥ ਬਹੁਤ ਕਮਜ਼ੋਰ ਹੈ, ਉਹਨੂੰ ਪਤਾ ਲੱਗ ਗਿਆ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਟਰੈਂਥ ਕਿੰਨੀ ਹੈ। ਦੂਜੀ ਗੱਲ, ਜਾਇਜ਼ਾ ਰਿਸਪੋਂਸ ਸ਼੍ਰੋਮਣੀ ਅਕਾਲੀ ਦਲ ਨੂੰ ਦੋਨੋਂ ਰੈਲੀਜ਼ ਵਿੱਚ ਮਿਲਿਆ। ਇਹਨਾਂ ਦੀ ਕੋਸ਼ਿਸ਼ ਉਹ ਰੈਲੀ ਨੂੰ ਨਾ ਹੋਣ ਦੀ, ਆਹ ਵੀ ਵੱਡਾ ਸਬੂਤ ਹੈ ਕਿ ਕਿੰਨੀ ਘਬਰਾਹਟ ਕਾਂਗਰਸ 'ਚ ਹੈ। ਪਰ ਮਾਨਯੋਗ ਹਾਈ ਕੋਰਟ ਨੇ ਅਤੇ ਸਮੁੱਚੀ ਜਨਤਾ ਨੇ ਇੰਨਾ ਸਾਥ ਦਿੱਤਾ। ਤੁਸੀਂ ਕਹਿੰਦੇ 9 ਘੰਟੇ ਦੇ ਨੋਟਿਸ ਵਿੱਚ ਤਕਰੀਬਨ 70-80 ਹਜ਼ਾਰ ਲੋਕ ਪਹੁੰਚਣੇ, ਪੂਰੇ ਜੋਸ਼ ਨਾਲ ਪਹੁੰਚਣੇ, ਅਤੇ ਜਿਹੜੇ ਇਹਨਾਂ ਦੀ ਸਾਰੇ ਅੜਚਨਾ ਲਾਈਆਂ ਸੀ ਉਹ ਅੜਚਨਾ ਨੂੰ ਤੋੜ ਕੇ ਪਹੁੰਚੇ। ਸਬੂਤ ਹੈ ਕਿ ਕਿੰਨਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਕਿੰਨਾ ਕਾਇਮ ਹੈ, ਕਿੰਨਾ ਤਕੜਾ ਹੈ, ਕਿੰਨਾ ਡੈਡੀਕੇਟਡ ਹੈ। ਅੱਜ ਸਰਕਾਰ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈ ਨਹੀਂ। ਮੁੱਖ ਮੰਤਰੀ ਐਗਜ਼ਿਸਟ ਨਹੀਂ ਕਰਦਾ। ਮੈਨੂੰ ਕੋਈ ਅਖਬਾਰ ਵਾਲੇ ਪੁੱਛਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਕ੍ਰਾਈਸਿਸ, ਮੈਂ ਕਿਹਾ ਕ੍ਰਾਈਸਿਸ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ, ਕਾਂਗਰਸ ਵਿੱਚ ਕ੍ਰਾਈਸਿਸ ਹੈ। ਕਾਂਗਰਸ ਵਿੱਚ ਲੀਡਰਸ਼ਿਪ ਕ੍ਰਾਈਸਿਸ ਹੈ, ਗਵਰਨਮੈਂਟ ਰਨਿੰਗ ਕ੍ਰਾਈਸਿਸ ਹੈ, ਪਾਰਟੀ ਵਿੱਚ ਕ੍ਰਾਈਸਿਸ ਹੈ। ਇੱਕ ਬੰਦਾ ਲੀਡਰ ਦੂਜੇ ਨਾਲ ਨਹੀਂ ਚੱਲਦਾ। ਕਾਂਗਰਸ ਖੇਰੂ ਖੇਰੂ ਹੋ ਰਹੀ ਹੈ, ਆਮ ਆਦਮੀ ਪਾਰਟੀ ਖੇਰੂ ਖੇਰੂ ਹੋ ਰਹੀ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਝੰਡੇ ਥੱਲੇ ਇਕੱਠੀ ਹੈ। ਐਨੀ ਕੁਐਸਚਨਸ? ਸਰਪੰਚੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਲੜੂਗਾ, ਪਰ ਸਿੰਬਲ 'ਤੇ ਨਹੀਂ ਲੜਦਾ ਹੁੰਦਾ, ਆਲਵੇਜ਼ ਵਿਦਾਊਟ ਸਿੰਬਲ ਹੁੰਦਾ ਇਲੈਕਸ਼ਨ। ਪਰ ਮੈਂ ਇੰਨਾ ਕਹਿ ਸਕਦਾ, ਕੋਈ ਵੀ ਰਿਜ਼ਲਟ ਆ ਜਾਏ, ਕੁਛ ਵੀ ਰਿਜ਼ਲਟ ਆਏ, ਕਾਂਗਰਸ ਦੀ ਹਾਰ ਹੋਈ ਹੈ, ਕਾਂਗਰਸ ਸਰਕਾਰ ਦੀ ਹਾਰ ਹੋਈ ਹੈ, ਕਾਂਗਰਸ ਵਰਕਰ ਦੀ ਹਾਰ ਹੋਈ ਹੈ। ਕਿਉਂਕਿ ਕਾਂਗਰਸ ਸਰਕਾਰ ਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੋਂ ਡਰ ਗਈ ਹੈ, ਉਹਨਾਂ ਦੇ ਵਰਕਰ ਸਾਥੋਂ ਡਰ ਗਏ ਹੈ। ਆਹੀ ਕਾਰਨ ਹੈ ਕਿੰਨੀ ਉਹਨਾਂ ਨੇ ਲਾਰਜ ਸਕੇਲ ਬੂਥ ਕੈਪਚਰਿੰਗ। ਐਕਚੁਲੀ ਪਹਿਲੀ ਵਾਰ ਹੋਇਆ ਕਿ ਪੁਲਿਸ ਅਫਸਰ ਆਪ ਇਨਵੋਲਵਡ ਹੈ, SSP ਆਪ ਇਨਵੋਲਵਡ ਹੈ, SSP ਮੁਕਤਸਰ ਆਪ ਬੰਦੇ ਲੈ ਕੇ ਪਿੰਡ ਪਿੰਡ ਜਾ ਰਿਹਾ, ਬੂਥ ਕੈਪਚਰ ਕਰਾ ਰਿਹਾ। ਇਹ ਤੋਂ ਵੱਧ ਕੀ ਹੋ ਸਕਦਾ? SSP ਮੁਕਤਸਰ ਨੇ ਪਹਿਲੇ ਇੱਕ ਦਿਨ ਪਹਿਲੇ ਸਾਰੇ SHO ਨੂੰ ਬੁਲਾਇਆ, ਆਪ ਬੁਲਾਇਆ, ਅਤੇ ਕਿਹਾ ਕਿ ਕੱਲ੍ਹ ਤੁਸੀਂ ਨਾਲ ਲੱਗ ਕੇ ਬੂਥ ਕੈਪਚਰਿੰਗ ਕਰਾਉਣੀ ਹੈ। SHO ਨੇ ਸਾਨੂੰ ਟੈਲੀਫੋਨ ਕੀਤਾ ਕਿ SSP ਦਾ ਸਾਨੂੰ ਆਹ ਹੁਕਮ ਆ ਗਿਆ। ਹੁਣ ਜਿੱਥੇ SSP ਆਪ ਲੱਗ ਜੇ ਤਾਂ ਤੁਸੀਂ ਦੇਖੋ ਹਾਲਾਤ ਕੀ ਹੈ, ਸਾਨੂੰ ਇਮਾਨਦਾਰ ਅਫਸਰਾਂ ਦੀ ਨਫ਼ਰਤ ਕੀ ਹੈ, ਹੋਰ ਕਿਤੇ ਨਹੀਂ ਹੋਇਆ। SSP ਮੁਕਤਸਰ ਦਾ ਸਕਾ ਭਰਾ ਉਹਨਾਂ ਦਾ OSD ਹੈ, ਸਕਾ ਭਰਾ ਉਹਨਾਂ ਦਾ OSD ਹੈ, ਉਹਨਾਂ ਪਾਰਟੀ ਦਾ ਸੀਨੀਅਰ ਲੀਡਰ ਹੈ। ਅਤੇ SSP ਤੁਸੀਂ ਦੇਖੋ ਜਿਹੜਾ ਤੁਸੀਂ SHO ਨੂੰ ਆਪ ਕਹੇ, SHO ਨੇ ਸਾਨੂੰ ਦੱਸਿਆ, ਉਹਨੇ ਟੀਮ ਬਣਾਈ ਹੈ, ਪਰੂਫ ਸਾਡੇ ਕੋਲ ਹੈ। ਸੋ ਇਸ ਕਰਕੇ ਉਹ ਸੋਚਦਾ ਕਿ SSP ਸੋਚਦੇ ਆ ਕਿ ਅਸੀਂ ਬੂਥ ਕੈਪਚਰਿੰਗ ਕਰ ਲਾਂਗੇ। ਕੇਸ ਜੇ ਅੱਜ ਨਹੀਂ ਤਾਂ ਉਹਨਾਂ ਨੂੰ ਬੂਥ ਕੈਪਚਰਿੰਗ ਉਹਨਾਂ ਦੇ ਹੋਊਗਾ ਹੋਊਗਾ, ਦੇਖੀ ਜਾਓ। ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਤੋਂ ਮਨਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਰਤਾਰਪੁਰ ਦੇ ਰਸਤੇ ਲਈ ਹਰ ਸਿੱਖ ਅਰਦਾਸ ਕਰਦਾ ਹੈ ਅਤੇ
ਸਿੱਖਾਂ ਦੀ ਅਰਦਾਸ ਇੱਕ ਦਿਨ ਜ਼ਰੂਰ ਪੂਰੀ ਹੋਵੇਗੀ ਅਤੇ ਅਕਾਲੀ ਦਲ ਕੇਂਦਰ ਸਰਕਾਰ ਲਗਾਤਾਰ ਇਸ ਮਾਮਲੇ ਵਿੱਚ ਕੰਮ ਕਰ ਰਹੀ ਹੈ ਅਤੇ ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬਾਰੇ ਕਿਹਾ ਕਿ ਉਹ ਇੱਕ ਐਸੇ ਪ੍ਰਧਾਨ ਮੰਤਰੀ ਨੇ ਜੋ ISI ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਨੇ। ਉਹੀ ਹੈ ISI ਸਾਡੇ ਦੇਸ਼ ਵਿੱਚ ਜਵਾਨਾਂ ਨੂੰ ਸ਼ਹੀਦ ਕਰ ਰਹੀ ਹੈ। ਇਸ ਦੇ ਨਾਲ ਬਰਗਾੜੀ ਮੋਰਚੇ ਉੱਤੇ ਬੈਠੇ ਲੋਕਾਂ ਬਾਰੇ ਉਹਨਾਂ ਕਿਹਾ ਕਿ ਇਹਨਾਂ ਦੀ ਜਲਦ ਦੁਕਾਨਦਾਰੀ ਬੰਦ ਹੋਣ ਜਾ ਰਹੀ ਹੈ। ਉਹਨਾਂ ਜਾਖੜ ਦੇ ਬਿਆਨ ਬਾਰੇ ਕਿਹਾ ਕਿ ਉਹ ਸਿੱਧੂ ਦੇ ਨਾਲ ਰਹਿ ਕੇ ਉਹਨਾਂ ਦੇ ਦਿਮਾਗ ਵਿੱਚ ਵੀ ਫਰਕ ਆ ਗਿਆ ਅਤੇ ਜਾਖੜ ਦੀ ਸਟੇਟਮੈਂਟ ਘਬਰਾਹਟ ਭਰੀ ਹੁੰਦੀ ਹੈ। ਉਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਮੈਂਟਲ ਬੰਦਾ। ਸ਼੍ਰੋਮਣੀ ਅਕਾਲੀ ਦਲ ਨੇ, ਤੁਸੀਂ ਗੱਲ ਸਮਝੇ, ਹਰ ਰੋਜ਼ ਅਰਦਾਸ 'ਚ ਆਪਾਂ ਕਿੰਨੇ ਸਾਲਾਂ ਤੋਂ ਅਰਦਾਸ ਕਰ ਰਹੇ ਹਾਂ। ਪਰਮਾਤਮਾ ਨੇ, ਕੋਈ ਨਵਜੋਤ ਸਿੱਧੂ ਕਰਕੇ ਨਹੀਂ, ਪਰਮਾਤਮਾ ਨੇ ਸਾਰੀ ਸਿੱਖ ਸੰਗਤ ਦੀ ਅਰਦਾਸ ਮੰਨੀ ਮੰਨੀ ਹੈ। ਅੱਜ ਮੰਨ ਲੈਣ, ਕੱਲ੍ਹ ਮੰਨ ਲੈ, ਮੰਨੀ ਮੰਨੀ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਬਾਦਲ ਸਾਹਿਬ, ਮੈਂ, SGPC, ਜਦੋਂ ਵੀ ਕੋਈ ਫੋਰਮ ਮਿਲਦਾ, ਅਸੀਂ ਉਸ ਫੋਰਮ ਵਿੱਚ ਗੱਲ ਉਠਾਉਣੀ ਉਠਾਉਣੀ ਹੈ ਕਿ ਸਿੱਖ ਭਾਵਨਾ, ਸਿੱਖ ਸੰਗਤਾਂ ਦੀਆਂ ਭਾਵਨਾ ਜੁੜੀਆਂ ਇਸ ਇਸ਼ੂ ਨਾਲ, ਅਤੇ ਸਾਨੂੰ ਆਸ ਹੈ ਕਿਤੇ ਨਾ ਕਿਤੇ ਪਰਮਾਤਮਾ ਜ਼ਰੂਰ ਮਿਹਰ ਕਰੂ। ਅਸੀਂ ਪੂਰੀ ਯਤਨ ਸਾਡੇ ਜਾਰੀ ਹੈ, ਐਕਸਟਰਨਲ ਅਫੇਅਰਸ ਮਿਨਿਸਟਰੀ ਨਾਲ ਵੀ, ਪ੍ਰਧਾਨ ਮੰਤਰੀ ਨਾਲ ਵੀ, ਡਿਪੈਂਡ ਕਰਦਾ ਪਾਕਿਸਤਾਨ ਨਾਲ, ਪਾਕਿਸਤਾਨ ਦਾ ਕੀ ਐਟੀਟਿਊਡ ਹੈ। ਜਿਹੋ ਜਿਹਾ ਐਟੀਟਿਊਡ ਲੱਗ ਰਿਹਾ, ਉਹ ਉਹਨਾਂ ਦੇ ਨਿਸ਼ਾਨਾ ਹੋਰ ਹੈ, ਉਹ ਆਪਣੇ 'ਤੇ ਹਮਲਾ ਕਰੀ ਜਾਂਦੇ, ਰੋਜ਼ ਰੋਜ਼ ਹਮਲਾ ਕਰਦੇ ਹੈ। ਸੋ ਜਿਹੋ ਜਿਹੀ ਹਾਲਾਤ ਬਣ ਰਹੀ ਹੈ, ਮੈਂ ਉਹਦੇ ਬਾਰੇ ਹੁਣ ਕਹਿ ਨਹੀਂ ਸਕਦਾ ਅੱਗੇ ਕੀ ਹੋਣਾ। ਇੱਕ ਬਹੁਤ ਜਿਹੜੀ ਪਾਕਿਸਤਾਨ ਜਿਹੜੀ ISI ਹੈ, ਤੁਸੀਂ ਦੇਖੋ, ਇਮਰਾਨ ਖਾਨ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ, ਮੈਨੂੰ ਲੱਗਦਾ ਪਹਿਲਾ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਹੈ ਜਿਹੜਾ ਸਭ ਤੋਂ ਪਹਿਲਾਂ ਕੰਮ ਕੀਤਾ, ਸਭ ਤੋਂ ਪਹਿਲੇ ਮੱਥਾ ਟੇਕਣ ਗਿਆ ਕਿੱਥੇ, ISI ਹੈੱਡਕੁਆਰਟਰ। ਮੈਨੂੰ ਲੱਗਦਾ ਅੱਜ ਤੱਕ ਕੋਈ ਦੇਸ਼ ਦਾ, ਪਾਕਿਸਤਾਨ ਦਾ ਪ੍ਰਧਾਨ ਮੰਤਰੀ ISI ਹੈੱਡਕੁਆਰਟਰ ਨਹੀਂ ਗਿਆ। ਇਮਰਾਨ ਖਾਨ ਪਹਿਲਾ ਪ੍ਰਧਾਨ ਮੰਤਰੀ ਜਿਹੜਾ ISI ਹੈੱਡਕੁਆਰਟਰ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਮੇਰੀ ਫਸਟ ਲਾਈਨ ਆਫ ਡਿਫੈਂਸ ISI ਹੈ, ਜਿਹੜੀ ਰੋਜ਼ ਇੱਥੇ ਗੜਬੜ ਕਰਾ ਰਹੀ ਹੈ, ਜਿਹੜੀ ਰੋਡ ਇੱਥੇ ਹਜ਼ਾਰਾਂ ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ ਮਾਰ ਰਹੀ ਹੈ, ਆਪਣੇ ਨੂੰ, ਉਹਨੂੰ ਆਪਣਾ ਸਭ ਤੋਂ ਫਸਟ ਲਾਈਨ ਆਫ ਡਿਫੈਂਸ ਕਹਿੰਦਾ ਸਭ ਤੋਂ। ਅਤੇ ਇਹ ਤੋਂ ਵੱਧ ਇੰਟੈਂਸ਼ਨ ਉਸ ਪ੍ਰਾਈਮ ਮਿਨਿਸਟਰ ਦੀ ਕੀ ਹੋ ਸਕਦੀ ਹੈ ਜਿਹੜਾ ISI ਨੂੰ ਨੰਬਰ 1 ਇੰਪੋਰਟੈਂਟ ਦਿੰਦਾ। ਸਿੱਧੂ ਸਾਹਿਬ ਬੜੇ ਸੋਹਿਲੇ ਗਾਉਂਦੇ ਨੇ ਜੀ, ਉਹ ਕਹਿੰਦੇ ਬਹੁਤ ਵਧੀਆ ਇੱਕ ਆਬੋ। ਸਿੱਧੂ ਸਾਹਿਬ ਬਾਰੇ ਮੈਂ ਨਹੀਂ ਗੱਲ ਕਰਨਾ ਚਾਹੁੰਦਾ ਯਾਰ, ਉਹਨਾਂ ਦੀ ਦੁਕਾਨ ਬੰਦ ਹੋਣ ਵਾਲੀ ਹੈ, ਮੈਂ ਦੱਸਦਾ ਸਾਂ। ਉਹ ਤਾਂ ਤੁਸੀਂ ਦੇਖਿਆ ਕਿ ਉਹਨਾਂ ਰਿਸਪੋਂਸ ਮਿਲ ਨਹੀਂ ਰਿਹਾ। ਹੁਣ ਕੱਲ੍ਹ ਮੈਨੂੰ ਕਿਸੇ ਪ੍ਰੈਸ ਵਾਲੇ ਨੇ, ਉਹਨਾਂ ਨੇ ਪੁੱਛਿਆ ਕਿ ਜੀ ਬੰਦੇ ਕਿਉਂ ਘੱਟ ਗਏ, ਉਹ ਕਹਿੰਦੇ ਜੀ ਗੁਰੂ ਕੀ ਢਾਬ ਮੇਲਾ ਲੱਗ ਗਿਆ, ਹੁਣ ਉੱਥੇ ਲੋਕ ਲੰਗਰ ਖਾਣ ਚਲੇ ਜਾਂਦੇ ਆ। ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉੱਥੇ ਖੀਰ ਦਾ ਲੰਗਰ ਲਾਉਣਾ, ਜਲੇਬੀਆਂ ਦਾ ਲੰਗਰ ਲਾਉਣਾ, ਉਹ ਕਿੰਨੀ ਦੇਰ ਖੀਰ ਚੱਲੂਗੀ। ਮੈਂ ਕਿਸੇ ਨੂੰ ਹੁਣ, ਮੈਂ ਉਹਦੇ ਬਾਰੇ ਤਾਂ ਮੈਂ ਕਰਨੀ ਯਾਰ, ਮੈਂਟਲ ਬੰਦੇ ਬਾਰੇ ਮੈਂ ਕਰਨੀ। ਯਾਰ ਮੈਂ ਸੁਨੀਲ ਜਾਖੜ ਦੱਸਾਂ ਕੀ ਹੈ, ਮੈਨੂੰ ਲੱਗਦਾ ਉਹਦੀ ਵੀ ਥੋੜ੍ਹਾ ਫਰਕ ਹੋਣ ਲੱਗ ਗਿਆ ਦਿਮਾਗ 'ਚ ਨਵਜੋਤ ਸਿੱਧੂ ਨਾਲ ਲੜ ਕੇ ਰਹਿ ਕੇ। ਉਹਦੀ ਸਟੇਟਮੈਂਟ ਤੁਸੀਂ ਦੇਖੋ, ਘਬਰਾਹਟ ਵਾਲੀ ਸਟੇਟਮੈਂਟ ਹੈ। ਪਹਿਲੇ ਕਹਿੰਦਾ ਅਕਾਲੀਆਂ ਨੂੰ ਮੈਂ ਵੰਡ ਹੀ ਦੇਣਾ ਜਦੋਂ ਅਸੀਂ ਪਿੰਡ 'ਚ ਝੰਡਾ ਕੱਢਦਾ, ਫਿਰ ਕਹਿੰਦਾ ਪਿੰਡਾਂ 'ਚ ਵੰਡ ਦੇਣਾ ਅਸੀਂ, ਕੋਈ ਹਲਕੇ 'ਚ ਦੇਖਿਆ। ਹੁਣ ਤੁਸੀਂ ਉਹਦੀ ਸਟੇਟਮੈਂਟ ਰੋਜ਼ ਦੇਖੋਗੇ, ਆਹ ਅਕਾਲੀ ਦਲ ਮਾਡਰਨ ਅਕਾਲੀ ਦਲ, ਪੁਰਾਣਾ ਅਕਾਲੀ ਦਲ, ਤੈਨੂੰ ਕੀ ਲੋੜ ਹੈ, ਕੁਛ ਮਰਜ਼ੀ ਅਕਾਲੀ ਦਲ ਬਣੇ, ਤੈਨੂੰ ਕੋਈ ਟੈਨਸ਼ਨ ਹੈ। ਉਹਨੂੰ ਕਹਿ ਆਪਣੀ ਕਾਂਗਰਸ ਦੀ ਟੈਨਸ਼ਨ ਫਿਕਰ ਕਰ। ਥੈਂਕ ਯੂ। You are watching Channel Y, a South Asian Canadian channel.